ਅੱਜ ਮਹਾਤਮਾ ਕ੍ਰਿਸ਼ਨਦਾਸ ਕਮੇਟੀ ਦੇ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਜਿਵੇਂ ਕਿ ਮਹਾਤਮਾ ਕ੍ਰਿਸ਼ਨਦਾਸ ਜੀ ਨੇ ਜੋ ਪਿਰਤ ਪਾਈ ਹੋਈ ਹੈ, ਸਾਉਣ ਮਹੀਨੇ ਦੇ ਵਿੱਚ ਖੀਰ ਅਤੇ ਮਾਲ ਪੂੜੀ ਦਾ ਲੰਗਰ ਲਗਾਇਆ ਜਾਂਦਾ, ਜੱਗ ਕੀਤਾ ਜਾਂਦਾ ਹੈ, ਉਸ ਉਹਨਾਂ ਦੇ ਪਾਏ ਹੋਏ ਪੂਰਨੇ ਦੇ ਉੱਤੇ ਚੱਲਦਿਆਂ ਹੋਇਆ ਸਮੂਹ ਕਮੇਟੀ ਵੱਲੋਂ, ਸਮੂਹ ਨਗਰ ਨਿਵਾਸੀਆਂ ਵੱਲੋਂ ਰਲ ਕੇ ਅੱਜ ਖੀਰ ਅਤੇ ਮਾਲ ਪੂੜੇ ਦਾ ਜੋ ਲੰਗਰ ਪਿੰਡ ਅਬਿਆਣਾ ਦੇ ਵਿੱਚ ਲਗਾਇਆ ਜਾ ਰਿਹਾ ਹੈ, ਸੋ ਇਸ ਸਾਰੇ ਨਗਰ ਦਾ ਪੂਰਾ ਸਹਿਯੋਗ ਹੈ। ਸੋ ਸਾਡੇ ਵਿੱਚ ਅੱਜ ਇਸ ਲੰਗਰ ਦੇ ਵਿੱਚ ਸਪੈਸ਼ਲ ਤੌਰ 'ਤੇ ਪਹੁੰਚੇ ਨੇ ਸਾਡੇ ਬਹੁਤ ਹੀ ਜੋ ਕਿ ਸਤਿਕਾਰਯੋਗ ਨੇ ਜੈਲਦਾਰ ਸਤਵਿੰਦਰ ਸਿੰਘ ਜੀ ਚੈੜੀਆਂ ਸਾਹਿਬ, ਉਹਨਾਂ ਨੇ ਵੀ ਵਿਸ਼ੇਸ਼ ਤੌਰ 'ਤੇ ਇੱਥੇ ਸਾਡਾ ਮਾਣ ਵਧਾਇਆ, ਆ ਕੇ ਪਹੁੰਚ ਕੇ ਸੰਗਤਾਂ ਦਾ ਹੌਸਲਾ ਅਫਜ਼ਾਈ ਕੀਤੀ ਹੈ। ਸੋ ਸਮੂਹ ਕਮੇਟੀ ਵੱਲੋਂ, ਸਮੂਹ ਨਗਰ ਨਿਵਾਸੀਆਂ ਵੱਲੋਂ ਜੈਲਦਾਰ ਸਤਵਿੰਦਰ ਸਿੰਘ ਜੀ ਦਾ ਵੀ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ, ਜਿਹੜੇ ਸਾਨੂੰ ਸਮੇਂ-ਸਮੇਂ ਸਿਰ ਬਹੁਤ ਸਾਰਾ ਸਹਿਯੋਗ ਦਿੰਦੇ ਰਹਿੰਦੇ ਨੇ, ਕਿਉਂਕਿ ਮੰਦਿਰ ਕਮੇਟੀ ਵੱਲੋਂ ਜੋ ਕਿ ਇੱਕ ਪਿੰਡ ਦੇ ਵਿੱਚ ਬਹੁਤ ਵੱਡਾ ਕਮਿਊਨਿਟੀ ਹਾਲ ਵੀ ਬਣਾਇਆ ਗਿਆ, ਬਹੁਤ ਵੱਡੀ ਸਰਾਂ ਬਿਲਡਿੰਗ ਬਣਾਈ ਗਈ ਹੈ, ਉਹਦੇ ਵਿੱਚ ਵੀ ਜੈਲਦਾਰ ਸਤਵਿੰਦਰ ਸਿੰਘ ਜੀ ਨੇ ਸਾਡਾ ਬਹੁਤ ਵੱਡਾ ਸਹਿਯੋਗ ਦਿੱਤਾ ਹੈ। ਸੋ ਇਸ ਕਰਕੇ ਸਮੂਹ ਨਗਰ ਨਿਵਾਸੀਆਂ ਵੱਲੋਂ, ਸਮੂਹ ਕਮੇਟੀ ਦੇ ਵੱਲੋਂ ਜੈਲਦਾਰ ਸਤਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ ਜੀ। ਅੱਜ ਸਾਡੇ ਅਬਿਆਣਾ ਕਲਾਂ ਦੇ ਵਿੱਚ ਸੰਤ ਕ੍ਰਿਸ਼ਨਦਾਸ ਜੀ ਦੇ ਜੋ ਸਾਲਾਨਾ ਭੰਡਾਰਾ, ਉਹਦੇ 'ਤੇ ਆਉਣ ਦਾ ਮੌਕਾ ਮਿਲਿਆ। ਸੰਗਤਾਂ ਦਾ ਬਹੁਤ ਵੱਡਾ ਉਤਸ਼ਾਹ ਅਤੇ ਮਹਾਰਾਜ ਦੇ ਕੀਤੇ ਹੋਏ ਸਮਾਜ ਸੇਵੀ ਕੰਮਾਂ ਨੂੰ ਵੀ ਅੱਜ ਇੱਥੋਂ ਦੀ ਸੰਗਤ ਯਾਦ ਕਰਦੀ ਹੈ। ਇਹੋ ਜਿਹੇ ਜਿਹੜੇ ਮਹਾਂਪੁਰਖ ਆਉਂਦੇ ਹੁੰਦੇ ਹੈ, ਇਹ ਜਾਤਾਂ ਪਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਆਉਂਦੇ ਅਤੇ ਸਮਾਜ ਲਈ ਬਹੁਤ ਕੁਝ ਕਰਕੇ ਜਾਂਦੇ। ਉਹਨਾਂ ਦੇ ਕੀਤੇ ਹੋਏ ਕੰਮ ਅੱਜ ਇਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਡਿਸਪੈਂਸਰੀ, ਸਕੂਲ, ਕਿੰਨੇ ਉਹ ਮਹਾਂਪੁਰਖ ਸਾਡੇ ਸਮਾਜ ਸੇਵਾ ਦੇ ਕੰਮ ਕਰਕੇ ਗਏ ਅਤੇ ਅੱਜ ਉਹਨਾਂ ਨੂੰ ਸਾਰਾ ਇਲਾਕਾ ਯਾਦ ਕਰ ਰਿਹਾ, ਨਤਮਸਤਕ ਹੋ ਰਿਹਾ। ਅਤੇ ਅੱਜ ਅਬਿਆਣੇ ਦੇ ਸਾਰੇ ਹੀ ਨਗਰ ਨਿਵਾਸੀਆਂ ਨੇ, ਸੰਗਤਾਂ ਨੇ ਇਕੱਠੇ ਹੋ ਕੇ ਜੋ ਸਾਲਾਨਾ ਭੰਡਾਰਾ ਕੀਤਾ, ਮੈਂ ਉਹਦੀ ਲੱਖ ਲੱਖ ਇਹਨਾਂ ਨੂੰ ਵਧਾਈ ਦਿੰਦਾ।